ਅੰਗਰੇਜ਼ ਬਾਜੀ ਇਹ ਜਿਹੜਾ ਨਾਮ ਹੈ ਇਹ ਕਿੱਥੋਂ ਆਇਆ ਕਿਦੇ ਜ਼ਿਹਨ ਵਿੱਚ ਆ ਵੀ ਆਪਾਂ ਇਹ ਕਿਰਦਾਰ ਦਾ ਨਾਮ ਅੰਗਰੇਜ਼ ਰੱਖੀਏ ਪਹਿਲਾਂ ਅਸੀਂ ਸਟੋਰੀ ਜਦੋਂ ਜਿਹੜੀ ਉਹਦੀ ਉਹਦੀ ਪਲੋਟ ਹੈ ਉਹ ਡਿਸਕਸ ਕਰ ਲਿਆ ਸੀ ਸਟੋਰੀ ਦਾ ਹਾਂਜੀ ਤੇ ਉਸ ਤੋਂ ਬਾਅਦ ਸਾਨੂੰ ਲੱਗਦਾ ਹੁਣ ਕੀ ਇਹਦਾ ਨਾਮ ਰੱਖਿਆ ਜਾਵੇ ਤਾਂ ਉਹ ਕੈਰੈਕਟਰ ਥੋੜਾ ਜਿਹਾ ਉਸ ਵੇਲੇ ਦੇ ਜਿਹੜੇ ਬਾਕੀ ਲੋਕ ਸੀਗੇ ਜਿਹੜੇ ਪਿੰਡ ਦੀ ਸਟੋਰੀ ਹੈ ਤੇ ਉਹਨਾਂ ਤੋਂ ਥੋੜਾ ਜਿਹਾ ਅਲੱਗ ਕੈਰੈਕਟਰ ਸੀ ਉਹ ਓਕੇ ਸੋ ਉਹ ਉਹਨਾਂ ਗੱਲਾਂ ਕਰਕੇ ਇੱਕ ਵੈਸੇ ਵੀ ਬਹੁਤ ਸਾਰੇ ਪੇਰੈਂਟਸ ਜਿਹੜੇ ਨਾਮ ਅੰਗਰੇਜ਼ ਰੱਖਦੇ ਸੀ ਆਪਣੇ ਬੱਚਿਆਂ ਦਾ ਉਸ ਟਾਈਮ ਤੇ ਤੇ ਸਾਨੂੰ ਲੱਗਾ ਕਿ ਜਿਵੇਂ ਕਿਸੇ ਨੂੰ ਕਹਿੰਦੇ ਨੇ ਨਾ ਵੀ ਤੂੰ ਵੱਡਾ ਅੰਗਰੇਜ਼ ਸੋ ਕਿਉਂਕਿ ਉਹ ਅਲੱਗ ਥੋੜਾ ਜਿਹਾ ਸੋਈਦਾ ਸਾਰਿਆਂ ਤੋਂ ਅੱਛਾ ਸੋ ਉਸ ਤੋਂ ਬਾਅਦ ਅਸੀਂ ਅੰਗਰੇਜ਼ ਨਾਂ ਡਿਸਾਈਡ ਕੀਤਾ ਓਕੇ ਤੇ ਨਿਕਨੇਮ ਗੇਜਾ ਅੱਛਾ ਪਹਿਲਾਂ ਕਾਲਾ ਰੱਖਿਆ ਸੀ ਗੋਰਿਆਂ ਨੂੰ ਦਫਾ ਕਰੋ ਦੇ ਵਿੱਚ ਕਿ ਨਹੀਂ ਹੁਣ ਗੇਜਾ ਉਹ ਉਹ ਬੜਾ ਫੇਮਸ ਹੋਇਆ ਸੀਗਾ ਤੇ ਹੁਣ ਅੰਗਰੇਜ਼ ਪਹਿਲਾਂ ਹੀ ਸਾਰਿਆਂ ਦੀ ਜ਼ਬਾਨ ਤੇ ਚੜ ਚੁੱਕਿਆ ਤਾਂ ਮੇਰੇ ਲਈ ਮੁਸ਼ਕਿਲ ਕੰਮ ਸਭ ਤੋਂ ਵੱਡਾ ਹੋਈ ਸੀਗਾ ਕਿਉਂਕਿ ਉਹ ਬੜਾ ਸੇਫ ਜਿਹਾ ਕੰਮ ਸੀ ਮੈਂ ਕਾਲੇ ਨੂੰ ਜੇ ਪਲੇ ਕਰਦਾ ਦੁਬਾਰਾ ਹਾਂ ਹਾਂ ਤੇ ਉਹ ਥੋੜੀ ਜਿਹੀ ਮੁਸ਼ਕਿਲ ਮੈਨੂੰ ਸੀ ਸਟਾਰਟ ਦੇ ਵਿੱਚ ਸ਼ੂਟਿੰਗ ਦੇ ਵਿੱਚ ਵੀ ਅੱਛਾ ਜੀ ਕਿ ਉਹ ਕਾਲਾ ਵਾਰ-ਵਾਰ ਮੇਰੇ ਚ ਆ ਜਾਂਦਾ ਸੀ ਅੱਛਾ ਜੀ ਜਦੋਂ ਆਪਣਾ ਇਹਦਾ ਸ਼ੂਟ ਸ਼ੁਰੂ ਕੀਤਾ ਅੰਗਰੇਜ਼ ਦਾ ਹਾਂ ਪਰ ਮੈਂ ਪੂਰਾ ਜੋਰ ਰੱਖਿਆ ਬਾਕੀ ਸਾਰੀ ਟੀਮ ਜਿਹੜੀ ਅੰਬਰ ਸੀ ਮਜੀਦ ਭਾਈ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਉਹਨੂੰ ਕਾਲੇ ਨੂੰ ਅੰਗਰੇਜ਼ 'ਚ ਤਬਦੀਲ ਕੀਤਾ ਸਹੀ ਗੱਲ ਅੱਛਾ ਇੱਕ ਹੋਰ ਗੱਲ ਹੋਰ ਹੈ ਜੋ ਮੈਂ ਪਰਸਨਲੀ ਨੋਟਿਸ ਕੀਤੀ ਹੈ ਕਿ ਪਹਿਲਾਂ ਵੀ ਜਿੱਦਾਂ ਹੋਰ ਫਿਲਮਾਂ 'ਚ ਤੁਸੀਂ ਕਿਰਦਾਰ ਨਿਭਾਏ ਨੇ ਕਿ ਨਹੀਂ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਆ ਹੋਰ ਫਿਲਮਾਂ ਦੀ ਆਪਾਂ ਗੱਲ ਕਰ ਲਈਏ ਉਹਨਾਂ ਤੋਂ ਬਾਅਦ ਜਦੋਂ ਤੁਸੀਂ ਆ ਗੋਰਿਆਂ ਨੂੰ ਦਫਾ ਕਰ ਵਾਲਾ ਕਾਲਾ ਬਣਿਆ ਹੋ ਇਹੀ ਇਹਦੇ ਵਿੱਚ ਤੁਹਾਡੇ ਰੰਗ ਮਤਲਬ ਵੱਖਰੇ ਜੜੇ ਨੇ ਤੁਹਾਡੇ ਦੇ ਉੱਤੇ ਕਿ ਨਹੀਂ ਇਹ ਕਿਰਦਾਰ ਜੜੇ ਹੈਗੇ ਨੇ ਕਈ ਚੀਜ਼ਾਂ ਵੈਸੇ ਵੀ ਹੁੰਦੀਆਂ ਕਿ ਉਹ ਕਿਰਦਾਰ ਕਈ ਲਿਖੇ ਹੀ ਇਸ ਤਰੀਕੇ ਨਾਲ ਹੁੰਦੇ ਕਿ ਤੁਹਾਨੂੰ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਹਾਂ ਹਾਂ ਉਹ ਮੈਂ ਕਾਲੇ ਦਾ ਕਿਰਦਾਰ ਵੀ ਤੇ ਅੰਗਰੇਜ਼ ਦਾ ਵੀ ਇਹਨੂੰ ਮੈਂ ਬਹੁਤ ਸ਼ਿੱਦਤ ਦੇ ਨਾਲ ਪੂਰਾ ਇੰਜੋਏ ਕਰਕੇ ਪਲੇ ਕੀਤਾ ਕੀ ਬਾਤ ਹੈ ਤੇ ਮੇਰਾ ਕਹਿ ਲੇ ਇਹੀ ਰੀਜ਼ਨ ਹੈ ਬਿਲਕੁਲ ਲੱਗਦਾ ਹੈ ਤੇ ਹੋਰ ਜਿਹੜੇ ਬਹੁਤ ਦਿਗਜ ਆਪਣੇ ਇਹਦੇ ਵਿੱਚ ਕਰੈਕਟਰ ਐਕਟਰਸ ਹੈਗੇ ਨੇ ਕਿਨੇ ਤੇ ਉਹ ਉਹਨਾਂ ਦਾ ਜ਼ਿਕਰ ਕਰੋ ਵੀ ਉਹ ਕੌਣ ਕੌਣ ਨੇ ਐਮੀ ਭਾਈ ਦਾ ਜ਼ਿਕਰ ਵੀ ਆਪਾਂ ਕਰਵਾਵਾਂਗੇ ਤੁਹਾਡੇ ਤੋਂ ਪਰ ਜਿਹੜੇ ਬਾਕੀ ਦੇ ਐਕਟਰਸ ਨੇ ਉਹਨਾਂ ਬਾਰੇ ਦੱਸੋ ਹਾਂਜੀ ਇਹਦੇ ਵਿੱਚ ਅਦਿੱਤੀ ਸ਼ਰਮਾ ਸਰਗੁਨ ਮਹਿਤਾ ਜੀ ਬੀਨੂ ਡੇਲੋਪਾ ਜੀ ਨੇ ਹਾਂ ਹਾਂ ਤੇ ਸਰਦਾਰ ਸੋਹੀ ਜੀ ਨਿਰਮਲ ਰਿਸ਼ੀ ਜੀ ਅਨੀਤਾ ਦੇਵਗਨ ਉਹਨਾਂ ਦਾ ਤੇ ਮਾਤਾ ਈਦਾਰੂ ਮਾਤਾ ਈਦਾਰੂ ਲਾ کافی ਉਹਨਾਂ ਦੇ ਡਾਇਲੌਗ ਵੀ ਪਪੂਲਰ ਹੈ ਸਹੀ ਹੈ ਜੀ ਤੇ ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਅਸੀਂ ਥੀਏਟਰ ਦੇ ਆਰਟਿਸਟ ਲੈਨੇ ਗੁਰਮੀਤ ਸਾਜਨ ਜੀ ਨੇ ਓਕੇ ਅ ਗੋਸ਼ਾભાઈ ਪਟਿਆਲੇ ਤੋਂ ਆ ਹਮਮ ਹੋਰ ਬਹੁਤ ਸਾਰੇ ਤੇ ਨਵੇਂ ਚਿਹਰੇ ਵੀ ਦੱਸਣਗੇ ਇਹਦੇ ਵਿੱਚ ਵਾਕੇ ਨਵੇਂ ਚਿਹਰੇ ਐਮੀ ਵਰਕ ਵਾਈ ਕਿ ਨਹੀਂ ਬਿਲਕੁਲ ਤੁਸੀਂ ਕਿਹਾ ਸੀ ਬਾਤ ਜ਼ਿਕਰ ਕਰਨਾ ਮੈਂ ਤਾਂ ਹੀ ਉਹ ਜ਼ਿਕਰ ਛੱਡ ਦਿੱਤਾ ਉਹ ਉਹਦਾ ਕਾਰਨ ਨਹੀਂ ਹੈ ਕਿ ਪਹਿਲੀ ਵਾਰ ਮਤਲਬ ਉਹਨਾਂ ਨੂੰ ਸਕਰੀਨ ਦੇ ਉੱਤੇ 70mm ਦੀ ਸਕਰੀਨ ਦੇ ਉੱਤੇ ਦੇਖਣਾ ਉਹ ਕਿਨਾਂ ਦਾ ਫਿਰ ਸੀਗਾ ਕਿ ਆਪਾਂ ਇਹਨਾਂ ਨੂੰ ਇੱਥੇ ਲੈ ਕੇ ਆਈਏ ਤੁਸੀਂ ਕਿਹਾ ਬਾਕੀ ਥੀਏਟਰ ਆਰਟਿਸਟ ਵੀ ਲਏ ਹੈਗੇ ਨੇ ਆਪਾਂ ਨੇ ਤੇ ਫਿਰ ਐਮੀ ਵਰਗਪਾਜੀ ਦੀ ਐਂਟਰੀ ਇਸ ਕਿਰਦਾਰ ਵਿੱਚ ਕਿਹੜੇ ਕਰੈਕਟਰ ਫਿਲਮ ਦੇ ਵਿੱਚ ਸੀਗਾ ਹਾਕਮ ਕਰੈਕਟਰ ਦਾ ਨਾਮ ਹੈ ਹਾਂਜੀ ਤੇ ਉਹ ਬਾਕੀ ਜਿੰਨੇ ਵੀ ਕਿਰਦਾਰ ਹੈ ਫਿਲਮ ਦੇ ਵਿੱਚ ਉਹਨਾਂ ਤੋਂ ਉਹਦੀ ਬੋਲੀ ਤੇ ਉਹਦਾ ਥੋੜਾ ਜਿਹਾ ਅਲੱਗ ਹੈ ਸਟਾਈਲ ਹਾਂ ਹਾਂ ਕਿਉਂਕਿ ਉਹ ਕੈਰੈਕਟਰ ਲਾਹੌਰ ਤੋਂ ਆਇਆ ਉਸ ਇਲਾਕੇ ਦੇ ਵਿੱਚ ਅੱਛਾ ਜੀ ਤੇ ਉਹ ਬੋਲੀ ਅ ਮੀ ਵੈਸੇ ਹੀ ਇਹਨਾਂ ਦਾ ਪਿਸ਼ੋਕਰ ਜਿਹੜਾ ਲਾਹੌਰ ਦਾ ਜੀ 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 ਤੇ ਉਹ ਸਾਨੂੰ ਬਹੁਤ ਸਾਰੇ ਸੀ ਡਿਸਾਈਡ ਕਰਦਿਆਂ ਕਰਦਿਆਂ ਫਿਰ ਸਾਨੂੰ ਲੱਗਾ ਕਿ ਅਮੀ ਬਿਲਕੁਲ ਸੂਟ ਕਰਦਾ ਉਸ ਕੈਰੈਕਟਰ ਨੂੰ ਤੇ ਫਿਲਮ ਦੇਖ ਕੇ ਇਹ ਤੁਹਾਨੂੰ ਲੱਗੂਗਾ ਵੀ ਬਿਲਕੁਲ ਕਿ ਉਹ ਕੈਰੈਕਟਰ ਸਿਰਫ ਜਿਵੇਂ ਅਮੀ ਲਈ ਲਿਖਿਆ ਹੁੰਦਾ ਹਾਂ ਤੇ ਬਹੁਤ ਵਧੀਆ ਪਰਫਾਰਮ ਕੀਤਾ ਅਮੀ ਨੇ ਨਹੀਂ ਵਾਕਿਆ ਜਿੱਦਾਂ ਉਹਨਾਂ ਦਾ ਸਟਾਈਲ ਆ ਬੋਲਣ ਦਾ ਕਿ ਨਹੀਂ ਖੜਵਾਜਾ ਸਟਾਈਲ ਆ ਇਹਨਾਂ ਦਾ ਖੜਵਾਜਾ ਤੇ ਉਹ ਸੂਟ ਕਰ ਰਿਹਾ ਉਹਨਾਂ ਦੇ ਉੱਤੇ ਬਿਲਕੁਲ ਸੂਟ ਕਰਦਾ